भी कुड़ी दे डैडी ग्रंथी है गे भी कुड़ी आ कहड़े चक्कर च बह गई तो मम्मा ने भी वादू कहेंदे आ गए मतलब लोग साढ़े घर आ के कहेंदे सीगे भी तुहाडी कुड़ी बदनामी कराऊगी तो भी इनू जा तुसी ब्याह दो जा ही भजूगी मतलब ये उही तुरी फिरदी आ टैक्सी आ गई ये एवें आ गई ये बा आ गई मतलब हुण साढ़े सारे मतलब रिश्तेदार भी साढ़े सारे मचे हुए वर्तदे नहीं गई मतलब जो मैं मतलब वीडियो बनाने लग गई बर्तनों ही हट गई मेरे नाल रिश्तेदार हाँ जी रिश्तेदार ਤੁਸੀਂ ਆਪ ਕਿਹੜੀ ਕਲਾਸ ਚ ਪੜ੍ਹਦੇ ਹੋ ਮੈਂ ਹੀ ਪਲੱਸ 1 ਚ ਪੜ੍ਹਦੀ ਆ ਅੱਛਾ ਉਮਰ ਕਿੰਨੀ ਆ ਤੁਹਾਡੀ ਮੇਰੀ 16 ਸਾਲ 16 ਸਾਲ ਦੀ ਹਾਂ ਜੀ ਕਈ ਲੋਕ ਐ ਵੀ ਕਹਿੰਦੇ ਭਣੇ ਕਿਸੇ ਭੈਣ ਭਰਾ ਨੇ ਇਹਨਾਂ ਦੋਨਾਂ ਨੇ ਗੰਦ ਪਾਇਆ ਇੰਸਟਾਗ੍ਰam ਦੇ ਉੱਤੇ ਹਾਂ ਜੀ ਬਹੁਤ ਕਹਿੰਦੇ ਆਗੇ ਮਤਲਬ ਮੇਰਾ ਵੀਰਾ ਮੇਰੀ ਬਹੁਤ ਜ਼ਿਆਦਾ ਕੇਅਰ ਕਰਦਾ ਗਈ ਬਹੁਤ ਕਹਿੰਦੇ ਆ ਡੈਡੀ ਨੂੰ ਕਹਿੰਦੇ ਤੇਰੇ ਜਵਾਕ ਤਾਂ ਵਿਗੜ ਗਏ ਬਸ ਹੁਣ ਭੁੱਲ ਜਾ ਇਹ ਤਾਂ ਕੁਛ ਨਾ ਕੁਛ ਗਲਤ ਕਰਨਗੇ ਕੁੜੀ ਤਾਂ ਤੇਰੀ ਭੱਜੂਗੀ ਮੁੰਡਾ ਤਾਂ ਤੇਰੀ ਬਦਨਾਮੀ ਕਰਵਾਊਗਾ ਐਵੇਂ ਕਹਿੰਦੇ ਆ ਗਈ ਕਈਆਂ ਨੂੰ ਤਾਂ ਐ ਆ ਗਈ ਵੀਜ਼ਾ ਇਹ ਇਹਦਾ ਵੀਐਫ ਹੈ ਪਰ ਨਹੀਂ ਮੇਰਾ ਇਹ ਭਰਾਗਾ ਮਤਲਬ ਕੋਈ ਐ ਰੀਅਲ ਬ੍ਰਦਰ ਹੈ ਰੀਅਲ ਬ੍ਰਦਰ ਹੈ ਮੇਰਾ ਤੇ ਮਤਲਬ ਲੋਕ ਕਹਿੰਦੇ ਨੇਗੇ ਹਨਾ ਕਮੈਂਟਾਂ 'ਚ ਵੀ ਤੂੰ ਮਤਲਬ ਵੀਰੇ ਤੇ ਮੈਨੂੰ ਕਮੈਂਟ ਕਰਦੇ ਹੈਗੇ ਹਨਾ ਵੀ ਤੇਰੀ ਭੈਣ ਨੇ ਕੰਜਰਖਾਨਾ ਖੋਲ ਰੱਖਿਆ ਮੰਮਾ ਡੈਡੀ ਨੂੰ ਵੀ ਕਹਿੰਦੇ ਆ ਵੀ ਤੁਹਾਡੀ ਕੁੜੀ ਨੇ ਕੰਜਰਖਾਨਾ ਖੋਲ ਰੱਖਿਆ ਮਤਲਬ ਵੀਰਾ ਕਹਿੰਦਾ ਕਿ ਮੇਰਾ ਵੀ ਜੇ ਭਰਾ ਨਹੀਂ ਆਪਦੀ ਭੈਣ ਦੇ ਸੁਪਨੇ ਪੂਰੇ ਕਰੂਗਾ ਤਾਂ ਕਰੂਗਾ ਹੋਰ ਕੌਣ ਤੇ ਕਦੇ ਫਾਦਰ ਸਾਹਿਬ ਨੇ ਨਹੀਂ ਆਖਿਆ ਵੀ ਤੂੰ ਇਹ ਕੰਮਾਂ ਤੋਂ ਰੁਕ ਜਾ ਹਨਾ ਵੀ ਮੈਨੂੰ ਮੇਰੇ ਨਾਲ ਦੇ ਵੀ ਕਹਿੰਦੇ ਜਾਂ ਆਮ ਲੋਕ ਵੀ ਕਹਿੰਦੇ ਨਹੀਂ ਡੈਡੀ ਨੇ ਕਦੇ ਨਹੀਂ ਕਿਹਾ ਹੀ ਡੈਡੀ ਕਹਿੰਦੇ ਵੀ ਤੁਹਾਡਾ ਸ਼ੌਂਕ ਆ ਨਾ ਮਤਲਬ ਤੁਸੀਂ ਕਰੋ ਹਨਾ ਵੀ ਜਿਵੇਂ ਤੁਹਾਡੀ ਮਤਲਬ ਤੁਸੀਂ ਜ਼ਿੰਦਗੀ ਜਿਉਣੀ ਆ ਤੁਸੀਂ ਉਦਾਂ ਜਿਓ ਵੀ ਪਰ ਕੋਈ ਸਾਨੂੰ ਲਾਂਬਾ ਨਹੀਂ ਆਉਣਾ ਚਾਹੀਦਾ ਵੀ ਮਤਲਬ ਸਾਨੂੰ ਲੋਕ ਐਦਾਂ ਹੀ ਕਹਿਣ ਵੀ ਮਤਲਬ ਜੇ ਤੁਸੀਂ ਬਾਬਾ ਫੇਮਸ ਹੋ ਜਾਓ ਵੀ ਲੋਕ ਐਦਾਂ ਹੀ ਕਹਿਣ ਵੀ ਯਾਰ ਉਹਦੀ ਕੁੜੀ ਆ ਸਤਨਾਮ ਦੀ ਕੁੜੀ ਹੈਗੀ ਇਹ ਹਨਾ ਵੀ ਯਾਰ ਉਹਨੇ ਇੰਨੀ ਚੜ੍ਹਾਈ ਕਰ ਰੱਖੀ ਹੈਗੀ ਤਾਂ ਕਰਕੇ ਫਿਰ ਡੈਡੀ ਇੱਦਾਂ ਕਹਿੰਦੇ ਆ ਵੀ ਕੋਈ ਵੀ ਐਵੇਂ ਦੀ ਚੀਜ਼ ਨਾ ਪਾਇਓ ਜਿਹੜੇ ਕਰਕੇ ਬਦਨਾਮੀ ਮਿਲੇ ਆਪਾਂ ਨੂੰ ਤੇ ਵੀਜ਼ਾ ਮੈਨੂੰ ਵੀ ਲੋਕ ਤਾਨੇ ਮੈਨੇ ਦੇਣ ਹਾਂਜੀ ਮਤਲਬ ਕਹਿ ਦਿੰਦੇ ਆ ਕੁੜੀ ਨਾਲ ਫੋਟੋਆਂ ਕਰਵਾਉਣ ਆ ਰਹੇ ਆਗੇ ਕੁੜੀ ਨਾਲ ਐਵੇਂ ਕਰ ਰਹੇ ਕੁੜੀ ਐਵੇਂ ਦੇ ਕੱਪੜੇ ਪਾਉਂਦੀ ਆ ਕੁੜੀ ਨੂੰ ਇਹ ਰੋਕਦਾ ਨਹੀਂ ਕੁੜੀ ਨੂੰ ਇਹ ਐਵੇਂ ਨਹੀਂ ਕਰਦਾ ਡੈਡੀ ਕਹਿ ਦਿੰਦੇ ਆ ਵੀ ਮਤਲਬ ਸਾਡੇ ਜਵਾਕਾਂ ਨੂੰ ਕੁਛ ਮਰਜ਼ੀ ਕਰਨਾ ਤਾਂ ਤੁਹਾਨੂੰ ਕੀ ਕਦੇ ਲਾਂਬਾ ਨਹੀਂ ਦਵਾਇਆ ਸਾਨੂੰ ਸਾਡੇ ਜਵਾਕਾਂ ਨੇ ਕਹਿ ਦਿੰਦੇ ਸਤਨਾਮ ਦੀ ਕੁੜੀ ਜੀਨਸ ਪਾਈ ਫਿਰਦੀ ਆ ਡੈਡੀ ਨੂੰ ਕਹਿ ਦਿੰਦੇ ਆ ਤੇਰੀ ਕੁੜੀ ਸੱਤ 'ਤੇ ਚੜ ਰਹੀ ਹੈਗੀ ਜਾਂ ਐਵੇਂ ਇਹ ਦੇਖੀ ਜਾਂਦੀ ਹੈਗੀ ਇਹਨੂੰ ਕਹਿ ਦਿਉ ਵੀ ਤੁਸੀਂ ਅੰਦਰ ਹੀ ਅੰਦਰ ਰਿਹਾ ਕਰੋ ਮਤਲਬ ਬਾਹਰੇ ਤਾਂ ਦੇਖੋ ਮੈਂ ਨਿਕਲਦੀ ਨਹੀਂ ਅੰਦਰ ਹੀ ਰਹਿਣੀ ਆ ਮੈਂ ਛੱਤ 'ਤੇ ਵੀ ਨਹੀਂ ਚੜਦੀ ਹੁਣ ਕਿਉਂਕਿ ਜੇ ਮੈਂ ਛੱਤ 'ਤੇ ਚੜ ਜਾਂ ਲੋਕ ਕਹਿਣ ਲੱਗ ਜਾਂਦੇ ਆ ਡੈਡੀ ਨੂੰ ਤੇਰੀ ਕੁੜੀ ਨੇ ਕਿਵੇਂ ਦੇ ਕੱਪੜੇ ਪਾ ਰੱਖਿਆ ਇਹ ਸਲਵਾਰ ਸੂਟ ਨਹੀਂ ਪਾਉਂਦੀ ਸਪਲੈਂਡਰ ਵਾਲੀ ਕੁੜੀ ਕਿਉਂ ਕਹਿੰਦੇ ਤੁਹਾਨੂੰ ਇਹ ਨਾਮ ਪੈ ਕਿਵੇਂ ਗਿਆ ਹਾਂਜੀ ਮਤਲਬ ਮੈਂ ਸਪਲੈਂਡਰ 'ਤੇ ਸ਼ਾਇਰੀ ਬੋਲੀ ਅਤੇ ਉਹ ਸ਼ਾਇਰੀ ਮੇਰੀ ਬਹੁਤ ਜ਼ਿਆਦਾ ਚੱਲ ਗਈ ਅਤੇ ਹੁਣ ਵੀ ਮੈਨੂੰ ਲੋਕ ਕਈ ਵਾਰ ਕਮੈਂਟਾਂ 'ਚ ਕਹਿੰਦੇ ਆ ਸਿਸਟਰ ਤੁਸੀਂ ਸਪਲੈਂਡਰ 'ਤੇ ਇੱਕ ਸ਼ਾਇਰੀ ਬੋਲੋ ਹੋਰ ਅਤੇ ਤਾਂ ਕਰਕੇ ਹੁਣ ਮੈਨੂੰ ਸਾਰੇ ਸਪਲੈਂਡਰ ਵਾਲੀ ਕਹਿੰਦੇ ਆ ਵੀ ਸਪਲੈਂਡਰ ਵਾਲੀ ਕੁੜੀ ਹਾਂਜੀ ਸਪਲੈਂਡਰ ਵਾਲੀ ਕੁੜੀ ਅਤੇ ਚੱਲ ਖਿੱਚਦੀ ਹੈ ਸ਼ਹਿਰ ਵੱਲ ਨੂੰ ਕਈਆਂ ਦੇ ਕਾਲਜ ਮਚਾ ਦੇ ਆ ਨਵਾਂ ਲਿਆਂਦਾ ਜਿਹੜਾ ਸਪਲੈਂਡਰ ਇਹ 'ਤੇ ਇੱਕ ਗੇੜੀ ਤਾਂ ਲਵਾ ਦੇ ਹਾਂਜੀ ਮਤਲਬ ਹਫ਼ਤਾ ਕੁ ਪਹਿਲਾਂ ਮੇਰਾ ਅਕਾਊਂਟ ਵੀ ਹੈਕ ਹੋ ਗਿਆ ਸੀਗਾ ਜੀ ਮਤਲਬ ਫਿਰ ਰਾਤੋਂ ਰਾਤ ਅਸੀਂ ਰਿਕਵਰ ਕਰਵਾਇਆ ਗਿਆ ਜੀ ਮਤਲਬ 6 ਵਜੇ ਸਾਡੇ ਕੋਲ ਉੱਡ ਗਿਆ ਸੀਗਾ ਜੀ ਮਤਲਬ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀਗਾ ਇੱਦਾਂ ਹੀ ਲੱਗਦਾ ਸੀ ਵੀ ਦੁਨੀਆ ਹੀ ਖਤਮ ਹੋ ਗਈ ਅੱਛਾ ਨੀਂਦ ਆ ਗਈ ਸੀ ਉਹ ਰਾਤ ਨਹੀਂ ਜੀ ਆਈ ਨਹੀਂ ਗਈ ਮੰਮਾ ਕਹਿੰਦੇ ਆਟਾ ਗੁੰਨ ਲਾ ਮੈਂ ਕਿਹਾ ਤੁਹਾਨੂੰ ਰੋਟੀ ਦੀ ਪਈ ਆ ਮੇਰੇ ਤਾਂ ਰੋਟੀ ਨਹੀਂ ਲੱਗਦੀ ਮੈਂ ਕਿਹਾ ਮੇਰਾ ਤਾਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਗਈ ਅੱਛਾ ਇੱਦਾਂ ਹੀ ਲੱਗ ਰਿਹਾ ਸੀਗਾ ਮਤਲਬ ਵੀ ਦੁਨੀਆ ਹੀ ਖਤਮ ਹੋ ਗਈ ਮਤਲਬ ਜੀ ਹੁਣ ਇੰਸਟਾਗ੍ਰਾਮ ਨਾਲ ਹੀ ਮਤਲਬ ਜਦੋਂ ਦੇ ਅਸੀਂ ਫੇਮਸ ਹੋਏ ਆ ਜੀ ਮਤਲਬ ਆਪਦੀ ਕਮਾਈ ਨਾਲ ਹੀ ਜਿਹੜਾ ਇੰਸਟਾਗ੍ਰਾਮ ਤੋਂ ਪੈਸਾ ਆਉਂਦਾ ਇਸੇ ਦਾ ਹੀ ਮਤਲਬ ਸ਼ਾਪਿੰਗ ਵਗੈਰਾ ਕਰ ਲੈਂਦੇ ਹਾਂ ਮਤਲਬ ਜਦੋਂ ਦੇ ਅਸੀਂ ਫੇਮਸ ਹੋਏ ਜੀ ਕਦੇ ਮੰਮਾ ਡੈਡੀ ਤੋਂ ਮਤਲਬ ਮੰਗ ਕੇ ਨਹੀਂ ਦੇਖਿਆ ਨਾ ਹੀ ਕਦੇ ਮੰਮਾ ਡੈਡੀ ਨੇ ਸਾਡੇ ਤੋਂ ਮੰਗਿਆ ਹਲੇ ਅਸੀਂ ਉਹਨਾਂ ਤੋਂ ਮੰਗ ਲੈਂਦੇ ਹਾਂ ਪਰ ਉਹਨਾਂ ਨੇ ਕਦੇ ਸਾਡੇ ਤੋਂ ਨਹੀਂ ਮੰਗਿਆ ਤੁਹਾਡੇ ਨਾਲ ਵੀ ਇਹ ਵਿਤਕਰਾ ਕਰੇ ਜਾਂਦੇ ਆ ਕਿ ਲੋਕ ਆਪਣੀਆਂ ਰਿਸ਼ਤੇਦਾਰੀਆਂ ਲੁਕੋ ਲੈਂਦੇ ਵੀ ਸਾਡੇ ਰਿਸ਼ਤੇਦਾਰ ਨਹੀਂ ਹੈਗੇ ਮੈਂ ਗਈ ਜੀ ਮਤਲਬ ਮੈਂ ਤੇ ਮੇਰੇ ਡੈਡੀ ਗਏ 2 ਸਾਲ ਵੱਧ ਗਏ ਤੇ ਉੱਥੇ ਅਸੀਂ ਗਏ ਜੀ ਤੇ ਉੱਥੇ ਪਤਾ ਕੀ ਹੋਇਆ ਮਤਲਬ ਮੈਨੂੰ ਪਛਾਣ ਲਿਆ ਉਹ ਕਹਿੰਦੇ ਮਤਲਬ ਜਿਨ੍ਹਾਂ ਦੇ ਘਰ ਅਸੀਂ ਗਏ ਸੀ ਵੀ ਇਹ ਤੁਹਾਡੇ ਘਰ ਕਿਵੇਂ ਆ ਗਈ ਇਹ ਕੁੜੀ ਤਾਂ ਇੰਨੀ ਫੇਮਸ ਹੈਗੀ ਤੇ ਫਿਰ ਮੈਨੂੰ ਪਤਾ ਉਹਨਾਂ ਨੇ ਕੀ ਕਿਹਾ ਵੀ ਜੇ ਤੂੰ ਪਿੱਕ ਕਰਵਾ ਲਈ ਨਾ ਤਾਂ ਦੇਖ ਲਈ ਹਿਸਾਬ ਲਾ ਲਈ ਫਿਰ ਤੇਰੇ ਨਾਲ ਕੀ ਬਣੂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ ਹਮੇਸ਼ਾ ਕੋਸ਼ਿਸ਼ ਇਹ ਕਰਦੇ ਹੁੰਦੇ ਆ ਕਿ ਹਰ ਵਾਰ ਕਿਸੇ ਨਾ ਕਿਸੇ ਸ਼ਖਸੀਅਤ ਦੀ ਕਿਸੇ ਨਾ ਕਿਸੇ ਭੈਣ ਜਾਂ ਸਾਡੇ ਭਰਾ ਦੀ ਵੱਖਰੀ ਕਹਾਣੀ ਦਿਖਾਈਏ ਜ਼ਿੰਦਗੀ ਦੀ ਅੱਜ ਮੇਰੇ ਨਾਲ ਇੱਕ ਐਸੀ ਕੁੜੀ ਬੈਠੀ ਹੈ ਜਿਹਨੂੰ ਤੁਸੀਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋਵੋਗੇ ਉਹ ਕੁੜੀ ਨੂੰ ਸਪਲੈਂਡਰ ਵਾਲੀ ਕੁੜੀ ਵੀ ਕਿਹਾ ਜਾਂਦਾ ਹੈ ਉਹਦਾ ਸੋਸ਼ਲ ਮੀਡੀਆ ਹੈਂਡਲ 'ਤੇ ਜੋ ਨਾਮ ਹੈ ਉਹ ਦਿਲਨਾਜ਼ ਕੌਰ ਹੈ ਅੱਜ ਮੇਰੇ ਨਾਲ ਉਹੀ ਭੈਣ ਮੌਜੂਦ ਹੈ ਉਹ ਭੈਣ ਦੀ ਕਹਾਣੀ ਦਿਖਾਵਾਂਗੇ ਕਿ
किसी वक्त ऐसा घर भी हुंदा सी जिदे ते लोग ये कहते होंगे सी कि घर नूं ढा दो नहीं ये किसी घर थोड़ा किसी की जान लै लूगा किसी बच्चे की जां थोड़ी किसी की जान लै लूगा। वह परिवारों तो चल के वह कुड़ी सोशल मीडिया के उत्ते आउंदी है आपकी रोजी रोटी कमाउण लगदे पर फिर भी लोग नहीं जरदे फिर भी लोग ताने मिणे वह कुड़ी नूं उहदे परिवार नूं दिंदे आ। गलबात अज्ज असीं भैण दे नाल करांगे। भैण बहुत बहुत स्वागत है भैण पंजाबी च। हाँ जी सत श्रीकाल सारिआं नूं। ठीक हो तुसीं? हाँ जी बहुत वधिया तुसीं दस्सो। बहुत वधिया जी। ते भैण इह जिंदगी दी शुरुआत किवें हुंदी आ? हाँ जी मतलब भी जदों साडा जन्म होया गया है ना तो सारा परिवार ही सीगा ही दादा दादी सीगे ते मम्मा डैडी सीगे। उस तो बाद फिर दादा दादी की डैथ हो गई तो फिर मम्मा सीगे ते उस तो बाद फिर डैडी भी सीगे ते उस तो बाद फिर डैडी ने मतलब दिहाड़ी वगैरह की है ना उह तां 50 रुपए दिहाड़ी हुंदी सीगी मतलब बहुत मेहनत की। फिर उस तो बाद डैडी ग्रंथी बन गई तो उस तो बाद फिर साडी दलेवा पिंड ड्यूटी हुई सीगी उत्थे डैडी ने ड्यूटी की सीगी उत्थे ही असी लाया 14 साल तो उत्थे फिर साडा बचपन भी उत्थे बीतिया गई उत्थे असी स्टडी की। उदों गुजारा वधिया चलदा सीगा? हाँ जी उदों वधिया चलदा सीगा मतलब इन्ना भी वधिया नहीं सीगा चलदा उदों ही मतलब घर भी साडा छोटा जिहा ही हुंदा सीगा मतलब सारे लोग इदां कहिंदे सी भी तुसीं इहनूं बेच के चल दो जां इहनूं पा लो ते भी इह डिग जूगा किसी नूं दब लूगा किसी जवाक नूं ते फिर मतलब सारे ना मतलब साडे आउंदे भी नहीं सीगे लोकां नूं इदां हुंदा सीगा ਵੀ ਇਹ ਸਾਡੇ ਤੋਂ ਕੁਛ ਮੰਗ ਨਾ ਲੈਣ ਵੀ ਜਾਂ ਐਵੇਂ ਨਾ ਕਰ ਲੈਣ ਕੁਛ ਵੀ ਮਤਲਬ ਜੀ ਅਤੇ ਫਿਰ ਉਸ ਤੋਂ ਬਾਅਦ ਫਿਰ ਪਾਪਾ ਨੇ ਮਿਹਨਤ ਕੀਤੀ ਬਹੁਤ ਜ਼ਿਆਦਾ ਉਸ ਤੋਂ ਬਾਅਦ ਫਿਰ ਹੀ ਘਰ ਪਾਇਆ ਹੌਲੀ ਹੌਲੀ ਅਸੀਂ 2 ਕਮਰੇ ਪਾਏ ਉਸ ਤੋਂ ਬਾਅਦ ਫਿਰ ਹੀ ਅੱਗੇ ਪਾਇਆ। ਫਿਰ ਉਦੋਂ ਵੀ ਫਤਿਹ ਸਾਹਿਬ ਨਾਲ ਨਾਲ ਦਿਹਾੜੀਆਂ ਕਰਦੇ ਰਹੇ? ਨਹੀਂ ਜੀ ਪਾਪਾ ਨੇ ਡਿਊਟੀ ਕਰ ਲਈ ਸੀਗੀ। ਅੱਛਾ। ਹਾਂਜੀ ਦਲੇਮਾ ਪਿੰਡ ਉੱਥੇ ਫਿਰ ਮਤਲਬ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਬਾਬਾ ਜੀ ਤੁਸੀਂ ਘਰ ਪਾ ਲਓ ਵੀ ਤੁਹਾਨੂੰ ਲੋਕ ਇੱਦਾਂ ਦਾ ਕੁਛ ਬੋਲਦੇ ਆਗੇ ਅਤੇ ਫਿਰ ਉਸ ਤੋਂ ਬਾਅਦ ਫਿਰ ਪਾਪਾ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਪਾਪਾ ਨੂੰ ਪੈਸੇ ਦਿੱਤੇ ਵੀ 1 ਲੱਖ ਰੁਪਇਆ ਡੈਡੀ ਹਾਂਜੀ ਪਿੰਡ ਵਾਲਿਆਂ ਨੇ ਕਮੇਟੀ ਵਾਲਿਆਂ ਨੇ ਮਤਲਬ ਪਾਪਾ ਕਹਿੰਦੇ ਵੀ ਨਹੀਂ ਮੈਂ ਇਹ ਨਹੀਂ ਲੈ ਸਕਦਾ ਉਹ ਕਹਿੰਦੇ ਬਾਬਾ ਜੀ ਵੀ ਅਸੀਂ ਗੁੱਸੇ ਹੋ ਜਾਵਾਂਗੇ ਜੇ ਤੁਸੀਂ ਨਹੀਂ ਲਏ ਉਹ ਕਹਿੰਦੇ ਨਹੀਂ ਵੀ ਡੈਡੀ ਕਹਿੰਦੇ ਵੀ ਅਸੀਂ ਨਹੀਂ ਲੈ ਸਕਦੇ ਅਤੇ ਫਿਰ ਡੈਡੀ ਨੇ ਵੀ 50,000 ਰੁਪਇਆ ਲੈ ਲਈ ਉਹਨਾਂ ਤੋਂ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਘਰ ਪੈ ਗਏ ਉਸ ਤੋਂ ਬਾਅਦ ਫਿਰ ਮਤਲਬ ਉੱਥੇ ਅਸੀਂ ਪੜ੍ਹੇ ਉਸ ਤੋਂ ਬਾਅਦ ਫਿਰ ਹੀ ਮੈਂ +1 ਚ ਹੋ ਗਈ ਵਧੀਆ ਉੱਥੇ ਬਚਪਨ ਬੀਤਿਆ ਫਿਰ ਉਸ ਤੋਂ ਬਾਅਦ ਐਵੇਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਕੁਛ ਗੱਲ ਜਿਹੀ ਹੋ ਗਈ ਸੀਗੀ ਉਸ ਤੋਂ ਬਾਅਦ ਫਿਰ ਅਸੀਂ ਉੱਥੋਂ ਆ ਗਏ ਅਤੇ ਉਸ ਤੋਂ ਬਾਅਦ ਫਿਰ ਮੈਂ +1 ਚ ਹੋ ਗਈ ਫਿਰ ਹੀ ਮੈਂ ਇੰਸਟਾਗ੍ਰਾਮ ਸਟਾਰਟ ਕਰ ਲਈ। ਅੱਛਾ ਪਹਿਲਾਂ ਦੱਸਦਾ ਕੌਣ ਹੈ ਕਿ ਇੰਸਟਾਗ੍ਰਾਮ ਦੇ ਉੱਤੇ ਇੱਦਾਂ ਰੀਲਾਂ ਪੈਂਦੀਆਂ ਨੇ ਇੱਦਾਂ ਇੱਥੇ ਕੰਮ ਹੁੰਦਾ ਕਿਹਨੂੰ ਦੇਖਿਆ ਸੀ ਸਭ ਤੋਂ ਪਹਿਲਾਂ? ਮਤਲਬ ਵੀ ਪਹਿਲਾਂ ਲਵ ਨੇ ਬਹੁਤ ਜ਼ੋਰ ਲਾਇਆ ਗਾ ਅਤੇ ਉਸ ਤੋਂ ਬਾਅਦ ਲਵ ਨੇ ਵੀ ਕਵਰ ਸੌਂਗ ਵਗੈਰਾ ਕੀਤਾ ਸੋਨੂੰ ਨੇ। ਹਾਂਜੀ ਭਰਾ ਗਾ ਮੇਰਾ ਇੰਸਟਾਗ੍ਰਾਮ 'ਤੇ ਵੀ ਪੋਸਟਾਂ ਪਾਉਂਦਾ ਹੁੰਦਾ ਸੀ ਮੇਰੇ ਨਾਲ ਅਤੇ ਉਹਨੇ ਵੀ ਬਹੁਤ ਜ਼ੋਰ ਲਾਇਆ ਜੀ ਉਹਨੇ ਵੀ ਬਹੁਤ ਕਵਰ ਸੌਂਗ ਕੀਤੇ ਹੈਗੇ ਵੀ ਮੈਂ ਇੱਥੋਂ ਵੀ ਚੜ੍ਹ ਜਾਂ ਇੱਥੋਂ ਵੀ ਚੜ੍ਹ ਜਾਂ ਅਤੇ ਪਰ ਮਤਲਬ ਉਹਦਾ ਕੁਛ ਨਹੀਂ ਹੋਇਆ ਮਤਲਬ ਮੈਂ ਇੱਕੋ ਦਮ ਹੀ ਮਤਲਬ ਉੱਠ ਜੇ ਖੜੀ ਵਧੀਆ ਡੈਡੀ ਦੀ ਕਿਰਪਾ ਨਾਲ ਮਤਲਬ ਉਹਨਾਂ ਨੇ ਉਹ ਕੀਤਾ ਨਾ ਵਾਹਿਗੁਰੂ ਦੀ ਕਿਰਪਾ ਨਾਲ ਹੀ ਬਹੁਤ ਸਪੋਰਟ ਕੀਤੀ ਮੰਮਾ ਡੈਡੀ ਨੇ ਸਪੋਰਟ ਕੀਤੀ ਵੀਰੇ ਨੇ ਸਪੋਰਟ ਕੀਤੀ ਫਿਰ ਹੀ ਮੈਂ ਇੱਕ ਵੀਡੀਓ ਪਾਈ ਮਤਲਬ ਉਹ ਵਧੀਆ ਚੱਲ ਗਈ ਉਸ ਤੋਂ ਬਾਅਦ ਫਿਰ ਹੀ ਹੌਲੀ ਹੌਲੀ ਮਤਲਬ ਮੇਰੇ 1 ਹਫ਼ਤੇ 'ਚ 10K ਕੰਪਲੀਟ ਹੋ ਗਈ ਸੀਗੀ। ਅੱਛਾ। ਹਾਂਜੀ ਅਤੇ ਫਿਰ ਉਸ ਤੋਂ ਬਾਅਦ ਮੈਂ ਸ਼ਾਇਰੀ ਬੋਲਣ ਲੱਗ ਗਈ ਸ਼ਾਇਰੀ ਬੋਲ ਕੇ 1 ਰੀਲ ਪਾਈ ਸੀਗੀ ਮੈਂ ਫਿਰ ਉਹ ਵਧੀਆ ਚੱਲ ਗਈ ਫਿਰ ਲਿਪਸਿੰਗ ਵਾਲੀ ਵੀਡੀਓ ਮੈਂ ਪਾਉਣੋਂ ਹਟ ਗਈ ਪਹਿਲਾਂ ਮੈਂ ਬਹੁਤ ਜ਼ੋਰ ਲਾਇਆ ਜੀ ਪਹਿਲਾਂ ਵੀ ਮੈਂ ਫੇਮਸ ਹੋ ਜਾਵਾਂ ਅਤੇ ਫਿਰ ਉਸ ਤੋਂ ਬਾਅਦ ਫਿਰ ਮੈਂ 1 ਸ਼ਾਇਰੀ ਬੋਲ ਕੇ ਪਾਈ ਫਿਰ ਵਧੀਆ ਮਤਲਬ ਵੀ ਫੋਲੋਵਰ ਹੋ ਗਏ। ਆਪਣੇ ਲੋਕਾਂ ਨੇ ਨਹੀਂ ਆਖਿਆ ਹੈਗਾ ਵੀ ਤੂੰ ਕਿਹੜੇ ਕੰਮ 'ਚ ਤੁਰੀ ਫਿਰਦੀ ਆ ਜਾਂ ਤੁਹਾਡੇ ਫਾਦਰ ਸਾਹਿਬ ਨੂੰ ਆਖਿਆ ਕਿ ਰੋਕੋ ਇਹ ਕੁੜੀ ਬਦਨਾਮੀ ਕਰਾਓ ਤੁਹਾਡੀ ਹੈ ਨਾ ਵੀ ਤੁਸੀਂ ਗੁਰਦੁਆਰਾ ਸਾਹਿਬ ਪਾਠ ਕਰਦੇ ਹੋ ਵੀ ਕੁੜੀ ਕਿਹੜੇ ਕੰਮ ਕਰਦੀ ਹੈ ਕਿਹੜੇ ਕਿੱਥੇ ਲੱਗੀ ਇਹ ਅਤੇ ਵੀ ਕੁੜੀ ਦੇ ਡੈਡੀ ਗ੍ਰੰਥੀ ਹੈਗੇ ਵੀ ਕੁੜੀ ਆ ਕਿਹੜੇ ਚੱਕਰਾਂ 'ਚ ਪੈ ਗਈ ਅਤੇ ਮੰਮਾ ਨੂੰ ਵੀ ਵਾਧੂ ਕਹਿੰਦੇ ਹੈਗੇ ਮਤਲਬ ਲੋਕ ਸਾਡੇ ਘਰ ਆ ਕੇ ਕਹਿੰਦੇ ਸੀਗੇ ਵੀ ਤੁਹਾਡੀ ਕੁੜੀ ਬਦਨਾਮੀ ਕਰਾਊਗੀ ਅਤੇ ਵੀ ਇਹਨੂੰ ਜਾਂ ਤੁਸੀਂ ਵਿਆਹ ਦਿਓ ਜਾਂ ਇਹ ਭੱਜੂਗੀ ਜਾਂ ਇਹ ਐਵੇਂ ਕਰੂਗੀ ਫਿਰ ਉਸ ਤੋਂ ਬਾਅਦ ਫਿਰ ਡੈਡੀ ਕਹਿੰਦੇ ਵੀ ਇਹ ਆਪਦੇ ਪੈਰਾਂ ਸਿਰ ਖੜ੍ਹੇ ਹੋ ਰਿਹਾ ਵੀ ਸਾਨੂੰ ਸਾਡੇ ਜਵਾਕ ਦਾ ਪਤਾ ਗਾ ਵੀ ਤੁਸੀਂ ਆਪਦਿਆਂ ਨੂੰ ਸੰਭਾਲੋ ਵੀ ਦੂਜੇ ਨੂੰ ਕਹਿਣ ਤੋਂ ਪਹਿਲਾਂ ਤੁਸੀਂ ਆਪਦੇ ਮੰਜੇ ਥੱਲੇ ਸੋਟੀ ਮਾਰ ਲਿਆ ਕਰੋ ਵੀ ਸਾਨੂੰ ਪਤਾ ਸਾਡੇ ਜਵਾਕਾਂ ਦਾ ਹੀ ਅਤੇ ਫਿਰ ਡੈਡੀ ਕਹਿੰਦੇ ਵੀ ਸਾਡੇ ਜਵਾਕ ਤਾਂ ਵੀ ਹੁਣ ਮਤਲਬ ਸਾਡੇ ਜਵਾਕਾਂ ਦਾ ਸ਼ੌਂਕ ਆ ਤਾਂ ਹੀ ਕਰਨਗੇ। ਅੱਛਾ। ਹਾਂਜੀ ਅਤੇ ਕਦੇ ਫਾਦਰ ਸਾਹਿਬ ਨੇ ਨਹੀਂ ਆਖਿਆ ਵੀ ਤੂੰ ਇਹ ਕੰਮਾਂ ਤੋਂ ਰੁਕ ਜਾ ਹੈ ਨਾ ਵੀ ਮੈਨੂੰ ਮੇਰੇ ਨਾਲ ਦੇ ਵੀ ਕਹਿੰਦੇ ਜਾਂ ਆਮ ਲੋਕ ਵੀ ਕਹਿੰਦੇ? ਨਹੀਂ ਡੈਡੀ ਨੇ ਕਦੇ ਨਹੀਂ ਕਿਹਾ ਜੀ ਡੈਡੀ ਕਹਿੰਦੇ ਵੀ ਤੁਹਾਡਾ ਸ਼ੌਂਕ ਆ ਨਾ ਮਤਲਬ ਤੁਸੀਂ ਕਰੋ ਹੈ ਨਾ ਵੀ ਜਿਵੇਂ ਤੁਹਾਡੀ ਮਤਲਬ ਤੁਸੀਂ ਜ਼ਿੰਦਗੀ ਜਿਉਣੀ ਆ ਤੁਸੀਂ ਉੱਦਾਂ ਜਿਉ ਵੀ ਪਰ ਕੋਈ ਸਾਨੂੰ ਲਾਂਭਾ ਨਹੀਂ ਆਉਣਾ ਚਾਹੀਦਾ ਵੀ ਮਤਲਬ ਸਾਨੂੰ ਲੋਕ ਇੱਦਾਂ ਹੀ ਕਹਿਣ ਵੀ ਮਤਲਬ ਜੇ ਤੁਸੀਂ ਬਾਬਾ ਫੇਮਸ ਹੋ ਜਾਓ ਵੀ ਲੋਕ ਇੱਦਾਂ ਹੀ ਕਹਿਣ ਵੀ ਯਾਰ ਉਹਦੀ ਕੁੜੀ ਆ ਸਤਨਾਮ ਦੀ ਕੁੜੀ ਹੈਗੀ ਇਹ ਹੈ ਨਾ ਵੀ ਯਾਰ ਉਹਨੇ ਇੰਨੀ ਚੜ੍ਹਾਈ ਕਰ ਰੱਖੀ ਹੈਗੀ ਤਾਂ ਕਰਕੇ ਫਿਰ ਡੈਡੀ ਇੱਦਾਂ ਕਹਿੰਦੇ ਆ ਵੀ ਕੋਈ ਵੀ ਐਵੇਂ ਦੀ ਚੀਜ਼ ਨਾ ਪਾਇਓ ਜਿਹੜੇ ਕਰਕੇ ਬਦਨਾਮੀ ਮਿਲੇ ਆਪਾਂ ਨੂੰ
ਤੇ ਵੀਜ਼ਾ ਮੈਨੂੰ ਵੀ ਲੋਕ ਤਾਨੇ ਮੈਨੇ ਦੇਣ ਵੀ ਜੇ ਤੁਸੀਂ ਮਤਲਬ ਵੀਡੀਓ ਬਣਾਉਣ ਲੱਗੇ ਹੀ ਹੋ ਤਾਂ ਤੁਸੀਂ ਵੀ ਮਤਲਬ ਕੁਛ ਬਣ ਕੇ ਫਿਰ ਹੀ ਹਟਿਓ ਵੀ ਲੋਕਾਂ ਤੋਂ ਤੁਸੀਂ ਚਹੇੜ ਨਾ ਕਰਾ ਦਿਓ मतलब जमा देख के मच जाते ने भी सतनाम दे जवाकां नूं मिलन आ रहे ने गे लोक हां जी मतलब कह दिंदे आ ਕੁੜੀ ਨਾਲ ਫੋਟੋਆਂ ਕਰਵਾਉਣ ਆ ਰਹੇ ਹੈਗੇ ਕੁੜੀ ਨਾਲ ਐਵੇਂ ਕਰ ਰਹੇ ਕੁੜੀ ਐਵੇਂ ਦੇ ਕੱਪੜੇ ਪਾਉਂਦੀ ਆ ਕੁੜੀ ਨੂੰ ਇਹ ਰੋਕਦਾ ਨਹੀਂ ਕੁੜੀ ਨੂੰ ਇਹ ਐਵੇਂ ਨਹੀਂ ਕਰਦਾ ਡੈਡੀ ਕਹਿ ਦਿੰਦੇ ਆ ਵੀ ਮਤਲਬ ਸਾਡੇ ਜਵਾਕਾਂ ਨੂੰ ਕੁਛ ਮਰਜ਼ੀ ਕਰਨਾ ਤੁਹਾਨੂੰ ਕੀ ਕਦੇ ਲਾਂਭਾ ਨਹੀਂ ਦਵਾਇਆ ਸਾਨੂੰ ਸਾਡੇ ਜਵਾਕਾਂ ਨੇ ਇੱਦਾਂ ਹੀ ਕਹਿੰਦੇ ਆ ਜੀ ਮਤਲਬ ਹੁਣ ਸਾਡੇ ਸਾਰੇ ਮਤਲਬ ਰਿਸ਼ਤੇਦਾਰ ਵੀ ਸਾਡੇ ਸਾਰੇ ਮੱਚੇ ਹੋਏ ਵਰਤਦੇ ਨਹੀਂ ਗਈ ਮਤਲਬ ਜਦੋਂ ਮੈਂ ਮਤਲਬ ਵੀਡੀਓ ਬਣਾਉਣ ਲੱਗ ਗਈ ਵਰਤਨੋਂ ਹੀ ਹਟ ਗਈ ਮੇਰੇ ਨਾਲ ਰਿਸ਼ਤੇਦਾਰ ਹਾਂਜੀ ਰਿਸ਼ਤੇਦਾਰ ਹਾਂਜੀ ਮਤਲਬ ਬੁਲਾਉਂਦਾ ਤਾਂ ਹੈਗੇ ਆਗੇ ਮਤਲਬ ਜੁਮਾ ਮੱਚ ਕੇ ਜੇ ਬੁਲਾਉਂਦੇ ਆਗੇ ਤੇ ਕਈ ਵਾਰ ਤਾਂ ਮਤਲਬ ਫੇਸ ਟੂ ਫੇਸ ਦੇਖ ਕੇ ਹਨਾ ਮਤਲਬ ਮੂੰਹ ਜਲ ਘੋਲ ਲੈਂਦੇ ਆ ਤੇ ਵੀ ਕਿਤੇ ਸਾਨੂੰ ਬੁਲਾ ਨਾ ਲਵੇ ਮਤਲਬ ਫਿਰ ਮੈਂ ਵੀ ਕਹਿ ਦਿੰਦੀ ਹਾਂ ਵੀ ਜੇ ਅਗਲੇ ਨੇ ਨਹੀਂ ਬੁਲਾਇਆ ਆਪਾਂ ਵੀ ਕੀ ਲੈਣਾ ਫਿਰ ਅਗਲੇ ਨੂੰ ਵਰਤਦੇ ਹੁੰਦੇ ਹਾਂਜੀ ਵਰਤਦੇ ਤਾਂ ਹੈਗੇ ਆਗੇ ਮਤਲਬ ਪਰ ਹਾਂਜੀ ਮਤਲਬ ਮੈਨੂੰ ਤਾਂ ਇੰਨਾ ਬੁਲਾਉਂਦੇ ਨਹੀਂ ਮੰਮਾ ਡੈਡੀ ਨੂੰ ਹੀ ਬੁਲਾਉਂਦੇ ਆ ਮੰਮਾ ਨੂੰ ਕਹਿ ਦਿੰਦੇ ਆ ਵੀ ਤੂੰ ਕੁੜੀ ਨੂੰ ਹਟਾ ਲਾ ਮੰਮਾ ਕਹਿ ਦਿੰਦੇ ਆ ਮੇਰੀ ਤਾਂ ਸੁਣਦੇ ਨਹੀਂ ਮੰਮਾ ਤਾਂ ਫਿਰ ਐਵੇਂ ਕਹਿ ਕੇ ਖੜਾ ਸਡਾ ਲੈਂਦੇ ਆ ਭੈਣੇ ਜਿਵੇਂ ਅਕਸਰ ਗੱਲ ਹੁੰਦੀ ਹੈ ਹਨਾ ਵੀ ਜਦੋਂ ਕੋਈ ਅਸੀਂ ਸਮਾਜ ਤੋਂ ਵੱਖਰਾ ਜਿਹਾ ਕੰਮ ਕਰੀਏ ਜਾਂ ਅਲੱਗ ਕੰਮ ਕਰੀਏ ਹਨਾ ਲੋਕਾਂ ਨੂੰ ਉਹ ਚੀਜ਼ ਬਾਰੇ ਨਹੀਂ ਪਤਾ ਹੁੰਦਾ ਤਾਂ ਲੋਕ ਉਹ ਚੀਜ਼ ਤੋਂ ਆਪਣੀਆਂ ਰਿਸ਼ਤੇਦਾਰੀਆਂ ਤੋੜ ਦਿੰਦੇ ਜਿਵੇਂ ਤੁਸੀਂ ਦੱਸਦੇ ਹੋ ਕਿ ਸਾਡੇ ਨਾਲ ਚੰਗਾ ਨਹੀਂ ਵਰਤਦੇ ਹੈਗੇ ਕਿ ਕਹਿੰਦੇ ਇਹ ਆ ਕਿ ਵੀ ਇਹ ਗਲਤ ਕੰਮ ਕਰਦੇ ਆ ਹਨਾ ਇਹ ਕੰਜਰਖਾਨਾ ਕਹਿੰਦੇ ਇਹਨੂੰ ਵੀ ਇਹ ਕੰਜਰਖਾਨਾ ਕਰਦੇ ਆ ਤੁਹਾਡੇ ਨਾਲ ਵੀ ਇਹ ਵਿਤਕਰਾ ਕਰੇ ਜਾਂਦੇ ਆ ਕਿ ਲੋਕ ਆਪਣੀਆਂ ਰਿਸ਼ਤੇਦਾਰੀਆਂ ਲੁਕੋ ਲੈਂਦੇ ਵੀ ਸਾਡੇ ਰਿਸ਼ਤੇਦਾਰ ਨਹੀਂ ਹੈਗੇ ਹਾਂਜੀ ਮਤਲਬ ਮੈਂ ਤੁਹਾਨੂੰ ਦੱਸ ਰਹੀ ਹਾਂ ਵੈਸੇ ਨਾਮ ਤਾਂ ਨਹੀਂ ਲੈਣਾ ਚਾਹੀਦਾ ਮੈਂ ਗਈ ਸੀ ਮਤਲਬ ਮੈਂ ਅਤੇ ਮੇਰੇ ਡੈਡੀ ਗਏ 2 ਸਾਲ ਵੱਧ ਗਏ ਅਤੇ ਉੱਥੇ ਅਸੀਂ ਗਏ ਸੀ ਅਤੇ ਉੱਥੇ ਪਤਾ ਕੀ ਹੋਇਆ ਮਤਲਬ ਮੈਨੂੰ ਪਛਾਣ ਲਿਆ ਉਹ ਕਹਿੰਦੇ ਮਤਲਬ ਜਿਨ੍ਹਾਂ ਦੇ ਘਰ ਅਸੀਂ ਗਏ ਸੀ ਵੀ ਇਹ ਤੁਹਾਡੇ ਘਰ ਕਿਵੇਂ ਆ ਗਈ ਇਹ ਕੁੜੀ ਤਾਂ ਇੰਨੀ ਫੇਮਸ ਹੈਗੀ ਅਤੇ ਫਿਰ ਮੈਨੂੰ ਪਤਾ ਉਹਨਾਂ ਨੇ ਕੀ ਕਿਹਾ ਵੀ ਜੇ ਤੂੰ ਪਿੱਕ ਕਰਵਾ ਲਈ ਨਾ ਤਾਂ ਦੇਖ ਲਈ ਹਿਸਾਬ ਲਾ ਲਈ ਫਿਰ ਤੇਰੇ ਨਾਲ ਕੀ ਬਣੂ ਮੈਂ ਕਿਹਾ ਵੀ ਇਹਦਾ ਮੇਰਾ ਕੰਮ ਆ ਹਨਾ ਵੀ ਹੁਣ ਮੈਂ ਫੇਮਸ ਹੈਗੀ ਵੀ ਸਾਰੇ ਲੋਕ ਮੈਨੂੰ ਮਿਲਣ ਨੂੰ ਤਰਸਦੇ ਹੈਗੇ ਅਤੇ ਵੀ ਮੇਰੇ ਨਾਲ ਪਿੱਕ ਤਾਂ ਕਰਵਾਉਣਗੇ ਹਨਾ ਜੀ ਅਤੇ ਫਿਰ ਕਹਿੰਦੇ ਨਹੀਂ ਕਰਵਾਉਣੀ ਅਤੇ ਫਿਰ ਮੈਂ ਮੇਰੇ ਪਾਪਾ ਨੂੰ ਕਿਹਾ ਸਵੇਰੇ ਹੀ 5 ਵਜੇ ਮੈਂ ਕਿਹਾ ਚਲੋ ਪਾਪਾ ਚੱਲੀਏ ਡੈਡੀ ਆਪਾਂ ਚੱਲਦੇ ਹਾਂ ਅਤੇ ਫਿਰ ਲਵ ਨੂੰ ਵੀ ਕਿਹਾ ਮੈਂ ਕਿਹਾ ਚਲੋ ਆਪਾਂ ਚੱਲਦੇ ਹਾਂ ਕਿ ਗੱਲ ਵੀ ਤੁਸੀਂ ਉਹਨਾਂ ਨੂੰ ਆਖੀ ਸੀ ਕਿ ਜੇ ਅਸੀਂ ਨਹੀਂ ਚੰਗੇ ਲੱਗਦੇ ਹਨਾ ਵੀ ਸਾਨੂੰ ਸਿੱਧਾ ਕਹਿ ਦਿਓ ਤੁਸੀਂ ਹਾਂਜੀ ਮੈਂ ਕਿਹਾ ਸੀਗਾ ਉਹਨਾਂ ਨੂੰ ਅਤੇ ਮੈਂ ਕਿਹਾ ਜੇ ਤੁਸੀਂ ਅਸੀਂ ਤੁਹਾਨੂੰ ਨਹੀਂ ਚੰਗੇ ਲੱਗਦੇ ਤਾਂ ਤੁਸੀਂ ਸਾਨੂੰ ਸਿੱਧਾ ਜਵਾਬ ਦੇ ਦਿਓ ਜੀ ਵੀ ਤੁਸੀਂ ਸਾਨੂੰ ਚੰਗੇ ਨਹੀਂ ਲੱਗਦੇ ਜਾਂ ਸਾਡੇ ਆਇਆ ਨਾ ਕਰੋ ਜਾਂ ਤੁਸੀਂ ਐਵੇਂ ਨਾ ਕਰਿਆ ਕਰੋ ਅਤੇ ਅਸੀਂ ਉਹ ਕਹਿੰਦੇ ਜੀ ਸਾਨੂੰ ਵੀ ਤੁਸੀਂ ਵੀਡੀਓ ਬਣਾਉਣੀ ਬੰਦ ਕਰ ਦਿਓ ਅਸੀਂ ਕਿਹਾ ਵੀ ਨਹੀਂ ਅਸੀਂ ਵੀਡੀਓ ਬਣਾਉਣੀ ਨਹੀਂ ਬੰਦ ਕਰਦੇ ਮਤਲਬ ਸ਼ੁਰੂ ਤੋਂ ਹੀ ਡ੍ਰੀਮ ਸੀਗਾ ਜੀ ਮੇਰਾ ਵੀ ਮੈਂ ਇੰਨੀ ਫੇਮਸ ਹੋ ਜਾਵਾਂ ਵੀ ਲੋਕ ਮੈਨੂੰ ਮਿਲਣ ਨੂੰ ਤਰਸਣ ਵੀ ਲੋਕ ਮੇਰੇ ਨਾਲ ਪਿੱਕ ਕਰਵਾਉਣ ਵੀ ਮੈਂ ਜਿੱਥੇ ਵੀ ਜਾਵਾਂ ਮੇਰੇ ਆਲੇ ਦੁਆਲੇ ਇਕੱਠ ਹੋ ਜਾਏ ਜੀ ਮੈਨੂੰ ਬਹੁਤ ਸ਼ੌਂਕ ਸੀਗਾ ਮਤਲਬ ਹੁਣ ਵੀ ਜਦੋਂ ਮੇਰੇ ਨਾਲ ਲੋਕ ਪਿੱਕ ਕਰਵਾਉਂਦੇ ਆ ਮਤਲਬ ਇਹ ਇੱਦਾਂ ਬਹੁਤ ਖੁਸ਼ੀ ਹੁੰਦੀ ਆ ਵੀ ਮੈਨੂੰ ਲੋਕ ਕਿਵੇਂ ਮਿਲਦੇ ਆ ਇੱਕ ਸਵਾਲ ਭੈਣੇ ਇੱਥੇ ਇਹ ਕਿ ਜਦੋਂ ਆਮ ਘਰਾਂ 'ਚ ਹੁੰਦੀ ਆ ਹਨਾ ਜਾਂ ਆਮ ਕਿਸੇ ਘਰ ਦੀ ਜਾਂ ਛੋਟੇ ਗਰੀਬ ਘਰ ਦੀ ਧੀ ਭੈਣ ਹੁੰਦੀ ਆ ਤਾਂ ਲੋਕ ਹਨਾ ਕੱਪੜੇ ਪਾਏ ਤੱਕ ਨਹੀਂ ਜਰਦੇ ਹੈਗੇ ਕਦੇ ਇਹ ਗੱਲਾਂ ਵੀ ਹੋਈਆਂ ਨੇ ਨਹੀਂ ਜਰਦੇ ਕੱਪੜੇ ਕਹੇ ਜੇ ਪਾਉਂਦੀ ਆ ਹਾਂਜੀ ਬਹੁਤ ਹੀ ਕਹਿੰਦੇ ਆ ਮਤਲਬ ਘਰ ਵੱਲ ਦੇਖੇ ਹਾਂਜੀ ਡੈਡੀ ਨੂੰ ਕਹਿੰਦੇ ਆਗੇ ਵੀ ਤੇਰੀ ਕੁੜੀ ਕਿਵੇਂ ਦੇ ਕੱਪੜੇ ਪਾਉਂਦੀ ਆ ਜੇ ਆ ਮਤਲਬ ਛੱਤ ਵਗੈਰਾ ਤੇ ਚੜ੍ਹ ਜਾਈਏ ਜੀਨਸ ਵਗੈਰਾ ਪਾ ਕੇ ਕਹਿ ਦਿੰਦੇ ਆ ਸਤਨਾਮ ਦੀ ਕੁੜੀ ਜੀਨਸ ਪਾਈ ਫਿਰਦੀ ਆ ਡੈਡੀ ਨੂੰ ਕਹਿ ਦਿੰਦੇ ਆ ਤੇਰੀ ਕੁੜੀ ਛੱਤ ਤੇ ਚੜ੍ਹ ਰਹੀ ਹੈਗੀ ਜਾਂ ਐਵੇਂ ਇਹ ਦੇਖੀ ਜਾਂਦੀ ਹੈਗੀ ਇਹਨੂੰ ਕਹਿ ਦਿਓ ਵੀ ਤੁਸੀਂ ਅੰਦਰ ਹੀ ਅੰਦਰ ਰਿਹਾ ਕਰੋ ਮਤਲਬ ਬਾਹਰੇ ਤਾਂ ਦੇਖੋ ਮੈਂ ਨਿਕਲਦੀ ਨਹੀਂ ਅੰਦਰ ਹੀ ਰਹਿਣੀ ਆ ਮੈਂ ਛੱਤ ਤੇ ਵੀ ਨਹੀਂ ਚੜ੍ਹਦੀ ਹੁਣ ਕਿਉਂਕਿ ਜੇ ਮੈਂ ਛੱਤ ਤੇ ਚੜ੍ਹ ਜਾਂ ਲੋਕ ਕਹਿਣ ਲੱਗ ਜਾਂਦੇ ਆ ਡੈਡੀ ਨੂੰ ਤੇਰੀ ਕੁੜੀ ਨੇ ਕਿਵੇਂ ਦੇ ਕੱਪੜੇ ਪਾ ਰੱਖਿਆ ਇਹ ਸਲਵਾਰ ਸੂਟ ਨਹੀਂ ਪਾਉਂਦੀ ਇਹ ਸਿਰ 'ਤੇ ਚੁੰਨੀ ਲੈ ਕੇ ਰੱਖਦੀ ਹਾਂਜੀ ਮੈਂ ਕਹਿ ਨਹੀਂ ਆਗੀ ਮਤਲਬ ਹਨਾ ਅਲੱਗ ਅਲੱਗ ਸ਼ੌਂਕ ਹੁੰਦੇ ਆ ਹਾਂ ਮੈਨੂੰ ਸ਼ੌਂਕ ਆ ਸੂਟ ਪਾਉਣ ਦਾ ਵੀ ਮੈਨੂੰ ਸ਼ੌਂਕ ਆ ਮੈਂ ਸਿਰ 'ਤੇ ਚੁੰਨੀ ਲੈ ਕੇ ਵੀ ਰੱਖਦੀ ਹੈਗੀ ਪਰ ਜੀਨਸ ਵਗੈਰਾ ਨਾਲ ਤਾਂ ਚੁੰਨੀ ਵੀ ਲਈ ਜਾਂਦੀ ਹਨਾ ਮਫਲਰ ਵਗੈਰਾ ਲਿਆ ਜਾਂਦਾ ਤਾਂ ਡੈਡੀ ਨੂੰ ਕਹਿੰਦੇ ਆਗੇ ਵੀ ਤੁਸੀਂ ਕੁੜੀ ਨੂੰ ਕਹਿ ਦਿਓ ਵੀ ਐਵੇਂ ਦੇ ਕੱਪੜੇ ਨਾ ਪਾਇਆ ਕਰੇ ਡੈਡੀ ਕਹਿੰਦੇ ਵੀ ਹੁਣ ਸਾਡੇ ਜਵਾਕਾਂ ਦਾ ਸ਼ੌਂਕ ਆ ਆਪਦੇ ਪੈਸਿਆਂ ਦੇ ਪਾਉਂਦੇ ਆ ਤੁਹਾਡੇ ਕਿਹੜਾ ਪੈਸਿਆਂ ਦੇ ਪਾਉਂਦੇ ਆਗੇ ਵੀ ਤੁਸੀਂ ਆਪਦੇ ਜਵਾਕਾਂ ਨੂੰ ਕਹਿ ਦਿਓ ਵੀ ਤੁਸੀਂ ਪਾ ਲਿਆ ਕਰੋ ਅਤੇ ਵੀ ਜੇ ਤੁਹਾਡੇ ਤੋਂ ਸਾਡੇ ਜਵਾਕ ਨਹੀਂ ਜਰੇ ਜਾਂਦੇ ਤਾਂ ਵੀ ਫਿਰ ਹੁਣ ਅਸੀਂ ਕੀ ਕਰੀਏ ਹਨਾ ਵੀ ਹੁਣ ਅਸੀਂ ਆਪਦੇ ਜਵਾਕਾਂ ਨੂੰ ਕੱਢ ਤਾਂ ਸਕਦੇ ਨਹੀਂ ਗੇ ਵੀ ਜਾਂ ਬਾਹਰੇ ਚੱਲ ਜਾਓ ਇਸ ਕਰਕੇ ਅਸੀਂ ਪਿੰਡ ਵਿੱਚ ਵੀ ਘੱਟ ਹੀ ਰਹਿੰਦੇ ਹਾਂਗੇ ਕਿਉਂਕਿ ਸਾਨੂੰ ਲੋਕ ਜਰਦੇ ਨਹੀਂ ਗੇ ਮਾਂ ਬਾਪ ਜਾਣੀ ਸਹਿਮਤ ਨੇ ਤੁਹਾਡੇ ਨਾਲ ਪੂਰੀ ਹਾਂਜੀ ਬਹੁਤ ਮਤਲਬ ਸਹਿਮਤ ਨੇ ਸਾਡੇ ਨਾਲ ਬਹੁਤ ਸਪੋਰਟ ਕਰਦੇ ਨੇ ਜੀ ਸਾਨੂੰ ਜਿਹੜੇ ਕਦੇ ਪੋਸਟਾਂ ਥੱਲੇ ਗਲਤ ਕਮੈਂਟ ਆਉਂਦੇ ਹੋਣਗੇ ਤੁਹਾਨੂੰ ਹਨਾ ਹਾਂਜੀ ਬਹੁਤ ਗਲਤ ਕਮੈਂਟ ਕਰਦੇ ਹੋ ਕੀ ਕੀ ਕਹਿੰਦੇ ਹੁੰਦੇ ਆ
मतलब बहुत कुछ बोलते है जी, मतलब ऐदा का कुछ बोलते मतलब आप दस भी नहीं सकते होंगे ना, पर भी मतलब जिद मतलब सौ सही भी होंगे है ना, दो चार गलत भी कॉमन कमेंट हो गए जो अक्सर ही आता रहा हो, मतलब ये उही तुरी फिर टैक्सी आ गई, ये एमए आ गई, ये बा आ गई, मतलब भी इदा जो कुछ बोलते रहेंगे है, पर इदा कहने आगे है ना भी जेडे सानू गलत बोलते भी उन्होंने भी भला ही हो गई। हाँ जी भेने इंस्टाग्राम ने रोजी रोटी दे रखी है ना, हाँ जी। परिवार के हालात जिम्मे दसिया कि पाउन घर तक भी नहीं सीगा, हाँ जी, हाँ जी। ये कि छत तक डिग जा है ना, हाँ जी। ते पर वो लोगों शायद नहीं पता है ना कि ये कुड़ी की रोजी रोटी आ, हाँ जी नहीं पता ही उन्होंने, मतलब ये हूँ इंस्टाग्राम नाली मतलब जो असं फेमस हो मतलब आपकी मतलब आपकी कमाई नाली जो इंस्टाग्राम तो पैसा आता इसे ही मतलब शॉपिंग वगैरह कर लें, मतलब जो असं फेमस हो कदम मम्मा डैडी तो मतलब मंग के ही देखे ना ही कदम मम्मा डैडी ने साडे तो मंगया, हले असं उन्होंने तो मंग लें पर उन्होंने कदम साढ़े तो नहीं मंगया। हाँ जी हाँ जी। एक थोड़ी शायरी बहुत ज़्यादा फेमस होंगी है ना, जिदा इंटरव्यू करने का कारण ये बनया कि मैंने किसी ने दसिया कि स्पलेंडर वाली कुड़ी आ कोई, तो मैं क्या स्पलेंडर वाली कुड़ी ये पिछे का कारण की है जाने जाए है ना, ये स्पलेंडर वाली कुड़ी क्यों कहते थोड़ा ये नाम पै कि गया। हाँ जी मतलब मैं स्पलेंडर तो शायरी बोली तो मतलब वो बहुत चली सी इस करके, मतलब स्पलेंडर भी सीगा पहला साढ़े को हूँ भी हैगा ही मॉडिफाई करवाया होगा, तो मतलब मैं स्पलेंडर तो एक शायरी बोली तो वह शायरी मेरी बहुत ज़्यादा चल गई, तो हूँ भी मैं लोग कई बार कमेंटा च कहते सिस्टर तुम स्पलेंडर तो एक शायरी बोलो होर, तो करके हूँ मैं सारे स्पलेंडर वाली कहते हैं स्पलेंडर वाली कुड़ी। हाँ जी स्पलेंडर वाली कुड़ी, तो उ मेरी मतलब स्पलेंडर वाली जी शायरी आ उसने ही मैं फेमस किया जी। की शायरी बोल के दिखाओगे मसा ही चल खिचदी है शहर वालू कई कालजे मचा दे आ नवा लिया जरा स्पलेंडर ए गेड़ी तलवा दे। शायरी हूँ कर दिखे कौन दिता, मतलब हूँ तो अपना सोनू लिख के दिता गा जी लव, तो पहला चनी वीर लिख के दिता सून मतलब बिजी होंगे कॉलेज वगैरह च। हाँ जी हूँ कॉलेज लग रहा तो उजी होंगे। मतलब मैं फेमस होवा ते फिर उस तो बाद फिर मैं मतलब फेमस हो गई वधिया, ते हुण मैनू इदां गा भी मैं होर फेमस हो जा ते मॉडल बना ते हाँ जी भी मैं मतलब बड़े स्टारा नाल घुमा। अच्छा जिहड़े रिश्तेदार मूँह वट वट के लंघदे सी है ना, जां आम लोग जिहड़े इह गल्लां करदे सी उहनां दे मूँह हले तक बंद होए आ जां हले करने अग्गे जाके? नहीं जी हले तां उह बोल ही रहे आ, मतलब अग्गे जाके पूरे बंद करवा देने आ। अच्छा। मतलब उह कहिंदे नहीं हुंदे वी मुड़कुड़ बोती बोर्ड थले आउंदी हुंदी हैगी। अच्छा। तां करके हुण इह वी उहनां दा मूँह बंद करवाउणा ही हैगा, इहीं सोचा होया। पर गल इह हुंदी आ है ना वी जे असीं सोशल मीडिया दे उत्ते आ जां कोई सोशल मीडिया किसी ऐप दे उत्ते काम करदे आ तां साडी ਜਿਵੇਂ ਤੁਸੀਂ ਦੱਸਦੇ ਹੋ ਕਿ ਘਰ ਦੇ ਹਾਲਾਤ ਇਹ ਜਿਹੇ ਨੇ, ਸਾਡੀ ਰੋਜ਼ੀ ਰੋਟੀ ਇੰਸਟਾਗ੍ਰਾਮ ਦੇ ਨਾਲ ਚੱਲਣ ਲੱਗੀ ਹੈ ਹਨਾ। ਹਾਂਜੀ। ਤੇ ਪਰ ਕਦੇ ਇਹ ਮੌਕਾ ਆਇਆ ਵੀ ਕਦੇ ਉਹ ਚੀਜ਼ਾਂ ਖੜ ਗਈਆਂ ਹੋਣ ਜਾਂ ਬੰਦ ਹੋ ਗਈਆਂ ਹੋਣ ਤਾਂ ਦਿਮਾਗ 'ਤੇ ਇੰਨਾ ਬੋਝ ਪਿਆ ਹੋਇਆ ਹੋਵੇ ਕਿ ਹੁਣ ਕਰਾਂਗੇ ਕੀ ਅੱਗੇ? ਹਾਂਜੀ ਮਤਲਬ ਹਫ਼ਤਾ ਕੁ ਪਹਿਲਾਂ ਮੇਰਾ ਅਕਾਊਂਟ ਵੀ ਹੈਕ ਹੋ ਗਿਆ ਸੀਗਾ ਜੀ, ਮਤਲਬ ਫਿਰ ਰਾਤੋਂ ਰਾਤ ਅਸੀਂ ਰਿਕਵਰ ਕਰਵਾਇਆ ਗਾ ਜੀ, ਮਤਲਬ 6 ਵਜੇ ਸਾਡੇ ਕੋਲੋਂ ਉੱਡ ਗਿਆ ਸੀਗਾ ਜੀ, ਮਤਲਬ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀਗਾ, ਇੱਦਾਂ ਹੀ ਲੱਗਦਾ ਸੀ ਵੀ ਦੁਨੀਆ ਹੀ ਖਤਮ ਹੋ ਗਈ। ਅੱਛਾ। ਤੇ ਮਤਲਬ ਫਿਰ ਵੀਰੇ ਹੁਣੀ ਗਏ ਰਤੀਏ ਤੇ ਫਿਰ ਉਹਨਾਂ ਨੇ ਮਤਲਬ ਵਾਪਿਸ ਆਇਆ ਅਕਾਊਂਟ, ਤੇ ਮਸਾ ਨੀਂਦ ਆ ਗਈ ਸੀ ਉਹ ਰਾਤ? ਨਹੀਂ ਜੀ ਆਈ ਨਹੀਂ ਗਈ, ਮੰਮਾ ਕਹਿੰਦੇ ਆਟਾ ਗੁੰਨ ਲਾ, ਮੈਂ ਕਿਹਾ ਤੁਹਾਨੂੰ ਰੋਟੀ ਦੀ ਪਈ ਆ, ਮੇਰੇ ਤਾਂ ਰੋਟੀ ਨਹੀਂ ਲੰਘਦੀ, ਮੈਂ ਕਿਹਾ ਮੇਰਾ ਤਾਂ ਰੋ ਰੋ ਕੇ ਬੁਰਾ ਹਾਲ ਹੋਇਆ ਪੈ ਗਿਆ ਜੀ। ਅੱਛਾ। ਇੱਦਾਂ ਹੀ ਲੱਗ ਰਿਹਾ ਸੀਗਾ ਮਤਲਬ ਵੀ ਦੁਨੀਆ ਹੀ ਖਤਮ ਹੋ ਗਈ। ਅੱਛਾ। ਹਾਂਜੀ ਪੂਰੀ ਤਰ੍ਹਾਂ ਨਿਰਭਰ ਹੀ ਇਹਦੇ ਉੱਤੇ ਹੋ? ਹਾਂਜੀ। ਅੱਛਾ। ਤੇ ਬਹੁਤ ਸਾਰੇ ਲੋਕ ਭੈਣੇ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ ਇਹ ਵਾਲੇ ਪਾਸੇ ਹੈ ਨਾ, ਲੱਤਾਂ ਖਿੱਚਦਾ, ਕਈ ਲੋਕ ਇਹ ਹੁੰਦੇ ਆ ਕਿ ਸਾਡੀ ਪਿੱਠ ਵੀ ਥਪ ਪਾਉਂਦੇ ਆ ਕਿ ਤੂੰ ਚੱਲੇ ਹੀ ਚੱਲ ਅੱਗੇ ਹੈ ਨਾ, ਜਿਵੇਂ ਵੀ ਹੈਗਾ ਵਧੀਆ ਕੰਮ ਕਰੀ ਚੱਲ। ਲੱਤਾਂ ਖਿੱਚਣ ਵਾਲੇ ਕਿੰਨੇ ਕਾਏ ਆ ਤੇ ਜਿਹੜੇ ਪਿੱਠ ਥਪ ਪਾਉਣ ਵਾਲੇ ਆ ਉਹ ਕਿੰਨੇ ਕਾਏ ਆ? ਹਾਂਜੀ ਬਹੁਤ ਆ ਗਏ, ਮਤਲਬ ਕਹਿੰਦੇ ਆ ਗਏ ਤੂੰ ਆ ਛੱਡ ਦੇ, ਮਤਲਬ ਵੀਡੀਓ ਬਣਾਉਣੀ ਛੱਡ ਦੇ, ਜਾਂ ਤੂੰ ਐਵੇਂ ਨਾ ਕਰ, ਤੂੰ ਐਵੇਂ ਦੇ ਕੱਪੜੇ ਨਾ ਪਾਇਆ ਕਰ, ਤੂੰ ਵੀਡੀਓ ਬਣਾਉਣੀ ਬੰਦ ਕਰ ਦੇ। ਕਈ ਕਹਿੰਦੇ ਆ ਕਿ ਵੀ ਹਾਂ ਤੁਸੀਂ ਵੀਡੀਓ ਬਣਾਓ, ਤੁਸੀਂ ਵਧੀਆ ਮਿਹਨਤ ਕਰ ਰਹੇ ਹੋ, ਮਤਲਬ ਜਿਹੜੇ ਸਾਨੂੰ ਇੱਦਾਂ ਕਹਿੰਦੇ ਆ ਵੀ ਤੁਸੀਂ ਵਧੀਆ ਮਿਹਨਤ ਕਰ ਰਹੇ ਹੋ, ਮਤਲਬ ਉਹਨਾਂ ਨੂੰ ਵੀ ਸਾਨੂੰ ਐਂ ਹੁੰਦਾ ਗਾ ਵੀ ਹਾਂ ਯਾਰ ਵਧੀਆ ਗੱਲ ਕਹੀ ਆ ਉਹਨਾਂ ਨੇ। ਅਤੇ ਮਤਲਬ ਕਈ ਕਹਿੰਦੇ ਆ ਗਏ ਵੀ ਤੁਸੀਂ ਵੀਡੀਓ ਬਣਾਉਣੀ ਬੰਦ ਕਰ ਦਿਓ, ਬਸ ਰਹਿਣ ਦਿਓ, ਉਹੀ ਤੁਸੀਂ ਜਲੂਸ ਕੱਢੀ ਜਾਂਦੇ ਹੋ। ਕਈ ਲੋਕ ਐਂ ਵੀ ਕਹਿੰਦੇ ਭੈਣੇ ਕਿਸੇ ਭੈਣ ਭਰਾ ਨੇ ਇਹਨਾਂ ਦੋਨਾਂ ਨੇ ਗੰਦ ਪਾਇਆ ਇੰਸਟਾਗ੍ਰਾਮ ਦੇ ਉੱਤੇ।
हाँ जी बहुत कहते हैं मतलब मेरा वीरा मेरी बहुत ज्यादा केयर करता गई मतलब ऐदा कहते हैं है ना यदा भरा इन सपोर्ट करता गा ए बहुत ज्यादा केयर करता गा इन कपड़े तो नहीं रोकते भी जा तू कपड़े एवं ना पाया कर भी मतलब वीरा ही मतलब आपकी पसंद के कपड़े पवा उ कहना भी तू पाया कर एवं के कपड़े अच्छा। भी सो कदी तुसी लोगों नू मचाओ पर नहीं मेरा भरा मतलब ਕੋਈ ਐਮ ਰੀਅਲ ਬ੍ਰਦਰ ਹੈ ਰੀਅਲ ਬ੍ਰਦਰ ਹੈ ਮੇਰਾ ਅੱਛਾ ਹਾਂਜੀ ਤੇ ਲੋਕ ਗਲਤ ਜਿਆਦੇ ਕਰਦੇ ਆ ਹਾਂਜੀ ਮਤਲਬ ਜਦੋਂ ਅਕਾਊਂਟ ਵੀ ਹੈਕ ਹੋਇਆ ਸੀ ਗਈ ਜਿਹਨੇ ਅਕਾਊਂਟ ਹੈਕ ਕੀਤਾ ਸੀਗਾ ਉਹਨੇ ਇਹਨੂੰ ਬਲੌਕ ਕਰਤਾ ਸੀਗਾ ਲਵ ਨੂੰ ਤੇ ਇਹਦੀਆਂ ਪੋਸਟਾਂ ਵੀ ਸਾਰੀਆਂ ਡਿਲੀਟ ਕਰਤੀਆਂ ਸੀ ਤੇ ਮਤਲਬ ਲੋਕ ਕਹਿੰਦੇ ਨੇਗੇ ਹਨਾ ਕਮੈਂਟਾਂ 'ਚ ਵੀ ਤੂੰ ਮਤਲਬ ਵੀਰੇ ਤੇ ਮੈਨੂੰ ਕਮੈਂਟ ਕਰਦੇ ਹੈਗੇ ਹਨਾ ਵੀ ਤੇਰੀ ਭੈਣ ਨੇ ਕੰਜਰਖਾਨਾ ਖੋਲ ਰੱਖਿਆ ਮੰਮਾ ਡੈਡੀ ਨੂੰ ਵੀ ਕਹਿੰਦੇ ਆ ਵੀ ਤੁਹਾਡੀ ਕੁੜੀ ਨੇ ਕੰਜਰਖਾਨਾ ਖੋਲ ਰੱਖਿਆ ਮਤਲਬ ਵੀਰਾ ਕਹਿੰਦਾ ਕਿ ਮੇਰਾ ਵੀ ਜੇ ਭਰਾ ਨਹੀਂ ਆਪਦੀ ਭੈਣ ਦੇ ਸੁਪਨੇ ਪੂਰੇ ਕਰੂਗਾ ਤਾਂ ਕਰੂਗਾ ਹੋਰ ਕੌਣ ਅੱਛਾ ਇਹ ਤੁਹਾਡਾ ਸੁਪਨਾ ਹਾਂਜੀ ਵੀ ਰੀਲਾਂ ਬਣਾਉਣੀਆਂ ਰੀਲਾਂ ਬਣਾਉਣੀਆਂ ਮਤਲਬ ਫੇਮਸ ਹੋਣਾ ਹੋਰ ਫੇਮਸ ਹੋਣਾ ਜੀ ਅੱਛਾ ਹਾਂਜੀ ਪਰ ਇੱਕ ਗੱਲ ਹੁੰਦੀ ਹੈ ਨਾ ਕਿ ਜਿਹੜੇ ਇਹ ਸੋਸ਼ਲ ਮੀਡੀਆ ਜਾਂ ਇਨਫਲੂਐਂਸਰ ਹੁੰਦੇ ਆ ਕਈ ਇਹਨਾਂ 'ਚੋਂ ਕਾਮਨ ਇਹੀ ਹੁੰਦੇ ਆ ਕਿ ਗੱਡੀਆਂ ਕਿਸੇ ਦੀਆਂ ਲੈ ਕੇ ਬੁਲਟ ਕਿਸੇ ਦੇ ਲੈ ਕੇ ਕੱਪੜੇ ਕਿਸੇ ਦੇ ਲੈ ਕੇ ਹੈ ਨਾ ਪਾ ਲੈਂਦੇ ਆ ਅਤੇ ਕੈਮਰੇ ਸਾਹਮਣੇ ਇਹ ਦਿਖਾਉਂਦੇ ਆ ਕਿ ਬਹੁਤ ਲੈਂਡਲੋਰਡ ਜਾਂ ਸ਼ਾਹੀ ਹਾਂ ਅਸੀਂ ਹਾਂਜੀ ਪਰ ਉਹਨਾਂ ਦੇ ਪਿੱਛੇ ਦੀ ਰਿਐਲਿਟੀ ਇਹ ਹੁੰਦੀ ਆ ਕਿ ਖਾਣ ਨੂੰ ਘਰੇ ਰੋਟੀ ਤੱਕ ਵੀ ਨਹੀਂ ਹੁੰਦੀ ਅਤੇ ਰੀਲਾਂ ਦੇ ਵਿੱਚ ਬਹੁਤ ਸਾਰਾ ਕੁਛ ਚਮਕ ਦਮਕ ਦਿਖਾਉਂਦੇ ਆ ਹਾਂਜੀ ਬਹੁਤ ਹੁੰਦੇ ਹੈਗੇ ਮਤਲਬ ਜੋ ਅਸੀਂ ਮਤਲਬ ਵੀ ਮਤਲਬ ਘਰ ਵਿੱਚ ਆ ਹਨਾ ਉਹੀ ਅਸੀਂ ਮਤਲਬ ਸੋਸ਼ਲ ਮੀਡੀਆ ਤੇ ਦਿਖਾਉਣੇ ਆਗੇ ਅੱਛਾ ਹਾਂਜੀ ਜੋ ਰਿਐਲਿਟੀ ਚ ਹੈ ਜ਼ਿੰਦਗੀ ਤੁਹਾਡੀ ਉਹੀ ਕੈਮਰੇ ਹਾਂਜੀ ਮਤਲਬ ਸਾਨੂੰ ਸ਼ੋਸ਼ੇਬਾਜ਼ੀ ਇੰਨੀ ਪਸੰਦ ਨਹੀਂ ਹੈਗੀ ਬਣੇ ਇੰਸਟਾਗ੍ਰਾਮ ਕੋਠੀਆਂ ਕਾਰਾਂ ਲੋਕ ਕਹਿੰਦੇ ਆ ਬਾਹਲਾ ਪੈਸਾ ਇਹਦੇ 'ਚ ਬਣ ਜਾਂਦਾ ਸੱਚੀ ਹੋ ਜਾਂ ਵੀ ਝੂਠੀ ਹੋ ਗੱਲਬਾਤ ਨਹੀਂ ਹੈਗਾ ਜੀ ਮਤਲਬ ਕੋਠੀਆਂ ਕਾਰਾਂ ਤਾਂ ਨਹੀਂ ਬਣਦੀਆਂ ਮਤਲਬ ਗੁਜ਼ਾਰੇ ਕੁ ਜਿੰਨਾ ਹੋ ਜਾਂਦਾ ਗਾ ਅੱਛਾ ਗੁਜ਼ਾਰਾ ਚੱਲ ਜਾਂਦਾ ਘਰ ਗੁਜ਼ਾਰਾ ਕੁ ਚੱਲ ਜਾਂਦਾ ਹਾਂਜੀ ਜੀ ਮਤਲਬ ਅਸੀਂ ਮਤਲਬ ਇੱਕ ਸ਼ਹਿਰ 'ਚ ਗਏ ਸੀਗੇ ਉਦੋਂ ਸਾਡੇ 2 ਲੱਖ ਫੋਲੋਵਰ ਹੈਗੇ ਸੀਗੇ ਉਦੋਂ ਵੀ ਮਤਲਬ ਉਹ ਸ਼ਹਿਰ ਦਾ ਨਾਮ ਤਾਂ ਕਾਹਨੂੰ ਲੈਣਾ ਅਤੇ ਮਤਲਬ ਉੱਥੇ ਨਾ ਸਾਨੂੰ ਮਤਲਬ ਐਵੇਂ ਦੇ ਮਿਲੇ ਕੁਛ ਐਵੇਂ ਦੇ ਮਤਲਬ ਲੋਕ ਮਿਲੇ ਅਤੇ ਮਤਲਬ ਜਦੋਂ ਉਹਨਾਂ ਨੂੰ ਮਤਲਬ ਸਾਡੇ ਦਾ ਹੀ ਕੰਮ ਸੀਗਾ ਜੀ ਉਹ ਤਾਂ ਮਤਲਬ ਉਹਨਾਂ ਨੇ ਦੇਸੀ ਘਿਓ ਨਾਲ ਰੋਟੀ ਦੇਣੀ ਮਤਲਬ ਜੀ ਜੀ ਕਰਨੀ ਹੈ ਨਾ ਸਾਨੂੰ ਮਤਲਬ ਉਸ ਤੋਂ ਬਾਅਦ ਵੀ ਮਤਲਬ ਜਦੋਂ ਸਾਡੇ ਨਾਲ ਮਤਲਬ ਵੀਡੀਓ ਵਗੈਰਾ ਪਾ ਲਈਆਂ ਕਲੈਬਰੇਸ਼ਨਾਂ ਵਗੈਰਾ ਕਰ ਲਈਆਂ ਉਸ ਤੋਂ ਬਾਅਦ ਵੀ ਮਤਲਬ ਵਾਹਵਾ ਮਤਲਬ ਬਰੋਧਤਾ ਜੀ ਕਰਨ ਲੱਗ ਗਏ ਅਤੇ ਹਾਂਜੀ ਕਿ ਮਤਲਬ ਇੱਕ ਮੇਰਾ ਵੱਡਾ ਭਰਾ ਹੈਗਾ ਗਗਨ ਵੀਰਾ ਓਫੀਸ਼ੀਅਲ ਗਗਨ ਲਿਖਾਰੀ ਮਤਲਬ ਉਹਨਾਂ ਨਾਲ ਵੀ ਮੈਂ ਇੱਕ ਵੀਡੀਓ ਪਾਈ ਸੀ ਜਿਹੜਾ ਛੋਟਾ ਗਾ ਪਵਨ ਉਹਨਾਂ ਦਾ ਬੇਟਾ ਅਤੇ ਉਹਨਾਂ ਨਾਲ ਵੀ ਮੈਂ ਇੱਕ ਰੀਲ ਪਾਈ ਸੀਗੀ ਮਤਲਬ ਉਹ ਵੀ ਵਧੀਆ ਚੱਲੀ ਸੀ ਅਤੇ 50K ਤੱਕ ਉਹਨਾਂ ਨੇ ਮੇਰਾ ਅਕਾਊਂਟ ਵੀ ਸਾਂਭਿਆ ਜੀ ਅਤੇ ਮਤਲਬ ਬਹੁਤ ਉਹਨਾਂ ਨੇ ਮਤਲਬ ਬਹੁਤ ਸਾਨੂੰ ਉਹ ਕੀਤੀ ਹੈ ਮੋਟੀਵੇਟ ਕੀਤਾ ਹਾਂਜੀ ਅਤੇ ਮਤਲਬ ਹੁਣ ਵੀ ਉਹ ਸਾਡੇ ਨਾਲ ਹੀ ਨੇਗੇ ਹਾਂਜੀ ਜਾਂਦੇ ਜਾਂਦੇ ਕੋਈ ਗੱਲ ਰਹਿ ਗਈ ਹੋਵੇ ਜਿਹੜੀ ਕਹਿਣੀ ਚਾਹੁੰਦੇ ਹੋ ਜਾਂ ਦੱਸਣੀ ਚਾਹੁੰਦੇ ਹੋ ਨਹੀਂ ਜੀ ਬਸ ਸਾਰੀਆਂ ਹੋ ਗਈਆਂ ਠੀਕ ਹੈ ਆਪਣੇ ਬਹੁਤ ਸਮਾਂ ਦਿੱਤਾ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡੀ ਅਰਦਾਸ ਇਹੀ ਹੈ ਬੇਨਤੀ ਇਹੀ ਹੈ ਕਿ ਤੁਸੀਂ ਬਹੁਤ ਤਰੱਕੀਆਂ ਕਰੋ ਹਾਂਜੀ ਜਿਹੜੇ ਤੁਹਾਡੇ ਸੁਪਨੇ ਨੇ ਉਹ ਸਾਕਾਰ ਹੋਣ ਬਹੁਤ ਸ਼ੁਕਰੀਆ ਥੈਂਕ ਯੂ ਜੀ ਸੋ ਇੰਟਰਵਿਊ ਚੰਗੀ ਲੱਗੀ ਇਹ ਭੈਣ ਦੀ ਸਪਲੈਂਡਰ ਵਾਲੀ ਕੁੜੀ ਦੀ ਦਿਲਨਾਜ਼ ਦੀ ਤਾਂ ਸ਼ੇਅਰ ਵੀ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕਿ ਇੰਟਰਵਿਊ ਕਿਵੇਂ ਦੀ ਲੱਗੀ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਕੈਨ ਪੰਜਾਬੀ